ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਹੈਗਾ ਜੀ ਦਿਨ ਮੰਗਲਵਾਰ 16 ਅਪ੍ਰੈਲ, ਅਤੇ ਇੱਧਰ ਜਿਵੇਂ ਆਪਣਾ ਵਲੌਗ ਸ਼ੁਰੂ ਕੀਤਾ ਸਵੇਰ ਤੋਂ, ਅਤੇ ਇੱਧਰ ਮੈਂ ਜੀ ਸ਼ਾਮ ਦੀ ਸਬਜ਼ੀ ਵਾਸਤੇ ਛੋਲੇ ਭਿਓਏ ਨੇ, ਅਤੇ ਨਾਲ ਆਪਾਂ ਜੀ ਹੁਣ ਪਿਆਜ਼ ਵਗੈਰਾ ਕੱਟ ਕੇ ਅਤੇ ਦੀ ਗ੍ਰੇਵੀ ਤਿਆਰ ਕਰ ਲਾਂਗੇ। ਅਤੇ ਇੱਧਰ ਜੀ ਖੂਬ ਬੂਟਿਆਂ ਦੇ ਵਿੱਚ ਵੀ ਮੈਂ ਪਾਣੀ ਪੂਣੀ ਪਾ ਤਾ ਸੀ, ਵਿਚਾਰੇ ਸੁੱਕੇ ਪਏ ਸੀ ਬੂਟੇ ਕੱਲ੍ਹ ਦੇ, 2 ਦਿਨ ਤੋਂ ਪਾਣੀ ਨਹੀਂ ਪਾਇਆ ਸੀਗਾ। ਮੈਂ ਤਾਂ ਨਹੀਂ ਪਾਣੀ ਪਾਇਆ ਸੀ, ਮੌਸਮ ਮੀਂਹ ਵਾਲਾ ਹੋਇਆ ਪਿਆ ਸੀ, ਮੈਂ ਕਿਹਾ ਮੀਂਹ ਆ ਜੂਗਾ ਫਿਰ ਚਲੋ ਮੀਂਹ ਦਾ ਪਾਣੀ ਮਿਲ ਜੂਗਾ, ਪਰ ਮੀਂਹ ਇੰਨਾ ਪਿਆ ਨਹੀਂ, ਮਾੜੇ ਮੋਟੇ ਛਿੱਟੇ ਪਏ ਸੀਗੇ। ਅਤੇ ਆਹ ਦੇਖੋ ਕਬੂਤਰੀ ਆਪਣੇ ਅੰਡਿਆਂ ਦੇ ਕੋਲ ਹੀ ਬੈਠੀ ਰਹਿੰਦੀ ਹੈ ਵਿਚਾਰੀ, ਦਿਨ ਰਾਤ ਰਾਖੀ ਕਰਦੀ ਰਹਿੰਦੀ ਹੈ। ਅਤੇ ਆਹ ਦੇਖੋ ਜੀ ਹਵਾ ਚੱਲਦੀ ਰਹਿੰਦੀ ਬੜੀ ਪਿਆਰੀ, ਆਹ ਪੁਦੀਨਾ ਵਿਚਾਰਾ ਬਿਲਕੁਲ ਸੁੱਕ ਗਿਆ ਸੀਗਾ, ਮੁਰਝਾ ਗਿਆ ਸੀ, ਜਦੋਂ ਪਾਣੀ ਪਾਇਆ ਨਾ ਫਿਰ ਥੋੜ੍ਹਾ ਜਾਣ ਪਈ ਹੈ ਇਹਦੇ 'ਚ, ਹਰਾ ਭਰਾ ਹੋਇਆ। ਆਹ ਦੇਖੋ ਜੀ ਠੰਡੀ ਠੰਡੀ ਹਵਾ ਚੱਲਦੀ ਪਈ ਹੈ। ਅਤੇ ਇੱਧਰ ਜੀ ਮੈਂ ਦੁਪਹਿਰ ਦੀ ਸਬਜ਼ੀ ਵਾਸਤੇ ਆਲੂ ਕੱਟ ਕੇ ਰੱਖ ਲੈਣੇ ਲੰਬੇ ਲੰਬੇ, ਅਤੇ ਰਾਤ ਦੀ ਸਬਜ਼ੀ ਵਾਸਤੇ ਵੀ ਆਪਾਂ ਮਸਾਲਾ ਪੀਸ ਕੇ ਰੱਖ ਲਾਂਗੇ, ਟਮਾਟਰ ਟਮੂਟਰ ਅਦਰਕ ਵਗੈਰਾ ਹਰੀਆਂ ਮਿਰਚਾਂ ਲਸਣ। ਅਤੇ ਆਹ ਦੇਖੋ ਜੀ ਉੱਤੇ ਕੋਠੇ 'ਤੇ ਨਾ ਮੈਂ ਤੋੜ ਕੇ ਲਿਆਈ ਹਾਂ, ਅਤੇ ਪਹਿਲਾਂ ਮੈਨੂੰ ਲੱਗਦਾ ਸੀ ਮੇਥੀ ਉੱਗੀ, ਮੈਂ ਮੇਥੀ ਦੇ ਦਾਣੇ ਵਿੱਚ ਪਾਏ ਸੀ ਗਮਲੇ ਦੇ, ਅਤੇ ਸਮਝ ਨਹੀਂ ਆ ਰਹੀ ਸੀ, ਜਦੋਂ ਮੈਂ ਖਾ ਕੇ ਦੇਖਿਆ ਤਾਂ ਮੇਥੀ ਵਾਲਾ ਟੇਸਟ ਬਿਲਕੁਲ ਵੀ ਨਹੀਂ ਸੀ। ਅਤੇ ਹੁਣ ਮੈਂ ਨਾ ਇਹਨੂੰ ਪੱਟਣ ਲੱਗੀ ਸੀਗੀ, ਮੈਂ ਕਿਹਾ ਪੱਟ ਕੇ ਸੁੱਟ ਦਿੰਦੀ ਹਾਂ, ਕੁਛ ਪਤਾ ਤਾਂ ਲੱਗਦਾ ਨਹੀਂ ਪਿਆ ਕੀ ਹੈ। ਜਦੋਂ ਮੈਂ ਪੱਟਣ ਲੱਗੀ ਨਾ ਤਾਂ ਦੇਖਿਆ ਤਾਂ ਉਹਦੇ 'ਚ ਨਾ ਇੱਕ ਫਲੀ ਜੀ ਆਈ ਹੋਈ ਸੀ, ਜਿੱਦਾਂ ਮਟਰਾਂ ਦਾ ਨਹੀਂ ਹੁੰਦਾ ਆਪਣਾ ਫਲੀ, ਕੁਛ ਇਸ ਤਰੀਕੇ ਦੀ ਹੈ, ਪੱਕਾ ਨਹੀਂ ਪਤਾ ਵੀ ਮਟਰ ਦੀ, ਮੈਂ ਵਿੱਚ ਮਟਰ ਦੇ ਬੀਜ ਵੀ ਸੁੱਟੇ ਸੀ, ਕਈ ਵਾਰੀ ਫਲੀਆਂ ਦੇ ਵੀ ਸੁੱਟੇ ਹੋਏ ਸੀ ਵਿੱਚ। ਅਤੇ ਵੈਸੇ ਮੈਨੂੰ ਜ਼ਿਆਦਾਤਰ ਨਾ ਮਟਰ ਹੀ ਲੱਗਦੇ ਪਏ ਆ, ਸ਼ਾਇਦ ਮਟਰ ਦੀ ਫਲੀ ਹੈ, ਬਾਕੀ ਤੁਸੀਂ ਦੱਸਿਓ ਕਾਹਦੇ ਪੱਤੇ ਸੀਗੇ ਜੇ ਤੁਹਾਨੂੰ ਪਤਾ ਹੈ ਤਾਂ। ਅਤੇ ਇੱਧਰ ਜੀ ਆਪਣੀ ਸਬਜ਼ੀ ਵੀ ਬਣ ਗਈ, ਅਤੇ ਜਿਹੜੇ ਮੈਂ ਪੱਤੇ ਤੋੜ ਕੇ ਲਿਆਉਂਦੇ ਸੀ ਨਾ ਆਲੂ ਦੇ ਵਿੱਚ ਹੀ ਪਾਤੇ ਸੀਗੇ। ਅਤੇ ਆਲੂਆਂ ਦੇ ਵਿੱਚ ਬਸ ਮੈਂ ਇਕੱਲਾ ਜੀਰਾ ਪਾਇਆ, ਹੋਰ ਕੋਈ ਪਿਆਜ਼ ਟਮਾਟਰ ਅਦਰਕ ਵਗੈਰਾ ਕੁਛ ਵੀ ਨਹੀਂ ਪਾਇਆ ਹੈਗਾ। ਅਤੇ ਇੱਧਰ ਆਪਣੇ ਭਾਂਡੇ ਵਗੈਰਾ ਵੀ ਮਾਂਜ ਲਏ ਸੀ, ਸਫਾਈ ਵਗੈਰਾ ਵੀ ਹੋ ਚੁੱਕੀ ਹੈ, ਅਤੇ ਸਾਰਾ ਕੰਮ ਕੁੰਮ ਨਿਬੇੜ ਕੇ ਹੁਣ ਜੀ 12:30 ਵਜੇ ਦਾ ਟਾਈਮ ਹੈ, ਅਤੇ ਹੁਣ ਮੈਂ ਆਪਣੀ ਬਣਾ ਲਈ ਚਾਹ, ਕੰਮ ਕੁੰਮ ਨਿਬੇੜ ਕੇ ਮੈਂ ਚਾਹ ਜ਼ਰੂਰ ਪੀਣੀ ਹੁੰਦੀ ਹੈ। ਅਤੇ ਆਹ ਦੇਖੋ ਜੀ ਠੰਡੀ ਠੰਡੀ ਹਵਾ ਚੱਲਦੀ ਰਹਿੰਦੀ ਹੈ, ਬਹੁਤ ਵਧੀਆ ਇੱਧਰ ਨਾ ਬਰਾਂਡੇ ਦੇ ਵਿੱਚ, ਅਤੇ ਬਹੁਤ ਪਿਆਰਾ ਮੌਸਮ ਲੱਗਦਾ ਅਪ੍ਰੈਲ ਦਾ, ਤਾਂ ਠੰਡਾ ਮਿੱਠਾ ਜਿਹਾ ਹੁੰਦਾ ਮੌਸਮ। ਹੁਣ ਜੀ ਦੁਪਹਿਰ ਦਾ ਟਾਈਮ ਹੈ,
ਅਤੇ ਇੱਧਰ ਰੋਟੀ ਰੂਟੀ ਆਪਣੀ ਸਾਰੀ ਪੱਕ ਚੁੱਕੀ ਸੀਗੀ, ਬਣਾ ਕੇ ਰੱਖ ਲਈ ਸੀ। ਯੁਵਰਾਜ ਆ ਗਿਆ, 2:30 ਵੱਜ ਗਿਆ, ਨਹਾ ਨਹੂ ਕੇ ਆ ਗਿਆ ਉਹ, ਅਤੇ ਪਲੇਟਾਂ ਦੇ ਵਿੱਚ ਪਾਉਂਦੇ ਹਾਂ ਅਤੇ ਸਬਜ਼ੀ ਨੂੰ ਗਰਮ ਕਰ ਦਿੱਤੀਆਂ। ਇਹਦੇ 'ਤੇ ਹਰਾ ਧਨੀਆ ਪਾ ਦਾਂਗੀ ਹੁਣ, ਬਸ ਕੁਛ ਨਹੀਂ ਪਾਇਆ ਸੀ ਆਲੂਆਂ ਦੇ ਵਿੱਚ, ਇਕੱਲੇ ਜੀਰਾ ਆਲੂ ਹੈ ਅਤੇ ਬਸ ਹਰਾ ਧਨੀਆ ਪਾਇਆ, ਹਰੀ ਮਿਰਚ ਵੀ ਨਹੀਂ ਪਾਈ ਸੀਗੀ। ਤਾਂ ਵੀ ਬਹੁਤ ਜ਼ਿਆਦਾ ਟੇਸਟੀ ਸੀਗੇ, ਨਾਲ ਰਾਇਤਾ ਹੈਗਾ। ਲਓ ਜੀ ਆਪਣੀ ਪਲੇਟ ਤਿਆਰ ਹੋ ਗਈ ਹੈ, ਨਾਲ ਨਾਲ ਸਾਰਿਆਂ ਦੇ ਪਲੇਟਾਂ ਦੇ ਵਿੱਚ ਪਾ ਕੇ ਦੇ ਰਹੀ ਹਾਂ ਮੈਂ। ਅਤੇ ਆ ਥੋੜ੍ਹੀ ਜਿਹੀ ਦਾਲ ਸੀਗੀ ਰਾਤ ਦੀ, ਉਹ ਮੈਂ ਨਾਲ ਦੇ ਦਿੱਤੀ ਹੈ। ਅਤੇ ਹੁਣ ਜੀ ਹੈਗਾ ਸ਼ਾਮ ਦਾ ਟਾਈਮ, 6 ਵਜੇ, ਅਤੇ ਆ ਵਿਸਾਖੀ ਵਾਲੇ ਦਿਨ ਦੀ ਨਾ ਲੰਗਰ ਦੀ ਖੀਰ ਲਿਆਂਦੀ ਪਈ ਸੀਗੀ। ਅਤੇ ਪਹਿਲਾਂ ਮੈਂ ਭੁੱਲ ਹੀ ਗਈ ਸੀਗੀ, ਕੱਲ੍ਹ ਮੈਂ ਜਦੋਂ ਡੂੰਘਾ ਦੇਖਿਆ ਮੈਂ ਕਿਹਾ ਡੂੰਘੇ ਦੇ ਵਿੱਚ ਕੀ ਹੈ, ਅਤੇ ਜਦੋਂ ਖੋਲ੍ਹ ਕੇ ਦੇਖਿਆ ਫਿਰ ਮੈਂ ਕਿਹਾ ਤਾਂ ਖੀਰ ਲਿਆ ਕੇ ਰੱਖੀ ਸੀ, ਆਪਾਂ ਖਾਧੀ ਹੋਈ ਨਹੀਂ ਹੈ, ਅਤੇ ਹੁਣ ਆਪਾਂ ਜੀ ਠੰਡੀ ਠੰਡੀ ਖੀਰ ਖਾਵਾਂਗੇ। ਕਾਫੀ ਗਾੜੀ ਹੋਈ ਪਈ ਸੀ, ਕਾਫੀ ਸਾਰਾ ਡਰਾਈ ਫਰੂਟ ਵੀ ਪਾਏ ਹੋਏ ਆ, ਟੇਸਟੀ ਸੀਗੀ ਖੀਰ। ਅਤੇ ਲੰਗਰ ਦੀ ਚੀਜ਼ ਤਾਂ ਵੈਸੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ, ਭਾਵੇਂ ਕੁਛ ਵੀ ਨਾ ਪਾਇਆ ਹੋਵੇ ਉਹਦੇ 'ਚ। ਅਤੇ ਆਹ ਦੇਖੋ ਜੀ ਦਰਖਤ ਹੈ, ਦੂਰੋਂ ਦੇਖਣ ਨੂੰ ਇੱਦਾਂ ਲੱਗਦਾ ਸੀ ਜਿਵੇਂ ਨਿੱਕੀ ਨਿੱਕੀ ਲੜੀਆਂ ਲਾਈਟਾਂ ਲੱਗੀਆਂ ਹੁੰਦੀਆਂ ਨੇ, ਅਤੇ ਪਰ ਲਾਈਟਾਂ ਲੁੱਟਾਂ ਕੁਛ ਨਹੀਂ ਸੀ, ਵਿੱਚੋਂ ਵਿੱਚੋਂ ਥੋੜ੍ਹੀ ਥੋੜ੍ਹੀ ਨਾ ਬੇਤ ਜੀ ਸੀਗੀ, ਅਤੇ ਉਹ ਬਸ ਸੂਰਜ ਦੀ ਲਿਸ਼ਕੋੜ ਜੀ ਪੈ ਰਹੀ ਸੀਗੀ। ਅਤੇ ਇੱਧਰ ਵੀ ਆਪਣੇ ਛੋਲੇ ਵੀ ਉੱਬਲ ਚੁੱਕੇ ਨੇ, ਤਾਂ ਮਸਾਲਾ ਵੀ ਭੁੰਨ ਲਿਆ ਸੀ ਮੈਂ। ਲਓ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ, ਦੇਖੋ ਕਿੰਨਾ ਪਿਆਰਾ ਕਲਰ ਆਇਆ। ਅਤੇ ਹੁਣ ਆਪਾਂ ਪਾ ਦਾਂਗੇ ਜੀ ਹਰਾ ਹਰਾ ਧਨੀਆ, ਜਿਹੜਾ ਕਿ ਸਬਜ਼ੀ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾ ਲੈਂਦਾ। ਅਤੇ ਇੱਧਰ ਗਰਮਾ ਗਰਮ ਚੌਲ ਵੀ ਬਣ ਗਏ ਨੇ, ਅਤੇ ਹਰੇ ਧਨੀਏ ਨਾਲ ਦੇਖੋ ਜੀ ਸਬਜ਼ੀ ਦਾ ਰੰਗ ਕਿੰਨਾ ਪਿਆਰਾ ਲੱਗਦਾ ਪਿਆ। ਅਤੇ ਇੱਕ ਜੀ ਮੇਰੇ ਕੋਲ ਨਾ ਆਲੂ ਪਿਆ ਸੀ ਛੋਟਾ ਜਿਹਾ ਉਬਲਿਆ ਹੋਇਆ, ਫਰਿੱਜ ਦੇ ਵਿੱਚ ਦੇਖਿਆ ਮੈਂ ਕਿਹਾ ਆਲੂ ਪਿਆ, ਅਤੇ ਫਿਰ ਮੈਂ ਕਿਹਾ ਚਲੋ ਇਹਨੂੰ ਹੱਥ ਨਾਲ ਫੇਕ ਕੇ ਨਾ ਮੈਂ ਇੱਦਾਂ ਹੀ ਛੋਲਿਆਂ ਦੇ ਵਿੱਚ ਪਾਤਾ, ਅਤੇ ਗਰਮ ਤਾਂ ਕਰਨੀ ਹੀ ਆਪਾਂ ਸਬਜ਼ੀ। ਅਤੇ ਇੱਦਾਂ ਹੀ ਬਸ ਆਲੂ ਨੂੰ ਤਾਂ ਗਲਣ ਦੀ ਲੋੜ ਹੀ ਨਹੀਂ, ਉਹ ਪਹਿਲਾਂ ਹੀ ਉਬਲਿਆ ਹੋਇਆ, ਬਸ ਥੋੜ੍ਹੀ ਜਿਹੀ ਗਰਮ ਕਰ ਲਵਾਂਗੇ ਸਬਜ਼ੀ। ਲਓ ਜੀ ਮੇਰੀ ਪਲੇਟ ਲੱਗ ਗਈ ਹੈ, ਅਤੇ ਗਰਮਾ ਗਰਮ ਆਪਣੀ ਸਬਜ਼ੀ ਛੋਲਿਆਂ ਦੀ ਅਤੇ ਨਾਲ ਚੌਲ। ਅਤੇ ਲਓ ਜੀ ਫਰੈਂਡ ਤੁਸੀਂ ਵੀ ਡਿਨਰ ਕਰ ਲਓ ਮੇਰੇ ਨਾਲ। ਮੈਂ ਪਹਿਲਾਂ ਭੁੱਲ ਗਈ ਸੀ, ਮੈਂ ਕਿਹਾ ਖਾ ਕੇ ਤਾਂ ਦਿਖਾ ਦੇਵਾਂ ਇੱਕ ਵਾਰੀ, ਫਿਰ ਮੈਂ ਦੁਬਾਰਾ ਅੰਦਰ ਲੈ ਕੇ ਆਈ ਹਾਂ ਪਲੇਟ, ਖਾ ਕੇ ਦਿਖਾਉਂਦੀ ਹਾਂ ਤੁਹਾਨੂੰ।
ਟੇਸਟ ਤਾਂ ਮੈਂ ਵੈਸੇ ਕਰ ਚੁੱਕੀ ਹਾਂ ਪਹਿਲਾਂ ਫੁਲਕੇ ਨਾਲ, ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ, ਨਾਲ ਨਿੰਬੂ ਨਿਚੋੜ ਲਿਆ ਆਪਾਂ, ਹੋਰ ਜ਼ਿਆਦਾ ਟੇਸਟ ਵੱਧ ਗਿਆ। ਤਾਂ ਗਰਮ ਸੀਗੀ, ਮੈਂ ਗਰਮ ਗਰਮ ਮੂੰਹ ਦੇ ਵਿੱਚ ਪਾ ਲਈ ਸੀਗੀ,